ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਰਹੇ ਪਏ ਯੂਟਿਊਬ ਚੈਨਲ ਮੰਮਾ ਸਰਫਰਾਜ਼ ਬੁੜਾਣਾ। ਜਿਹੜੇ ਦੋਸਤ ਸਾਰੇ ਚੈਨਲ 'ਤੇ ਪਹਿਲੀ ਦਫਾ ਸਾਰੇ ਚੈਨਲ ਕੋ ਅੱਜ ਸਬਸਕ੍ਰਾਈਬ ਮਾਰ ਕੇ ਨੇ, ਅੱਜ ਈਦ ਦਾ ਦਿਹਾੜਾ ਹੈ। ਸਾਰੇ ਵੀਵਰ ਕੋ ਜਿਹੜੇ ਵੀਡੀਓ ਦੇ ਦੇਣ ਜਾਂ ਨਹੀਂ ਦੇ ਦੇ, ਸਾਰੇ ਕੋ ਈਦ ਮੁਬਾਰਕ ਹੋ ਗਈ ਔਰ ਰੋਜ਼ਿਆਂ ਦੀਆਂ ਮੁਬਾਰਕਾਂ ਹੋ ਗਈਆਂ। ਅਤੇ ਅਲਾ ਖੈਰ ਆਣੇ, ਟਰੈਕਟਰ ਟਰਾਲੀ ਵਹਿੰਦਾ ਪਿਆ ਵਿੱਚ ਛੋਲੇ ਲੱਡੇ ਹੋਏ। ਅਤੇ ਅੱਗੇ ਵੀਡੀਓ ਜਿਹੜੀ ਹੈ ਨਾ ਬੜੀ ਮਜ਼ੇਦਾਰ ਅਤੇ ਬੜੀ ਦਿਲਚਸਪ ਹੈ। ਵੀਡੀਓ ਐਂਡ ਤੱਕ ਅੱਜ ਦੇਖਿਆ ਇਨਸ਼ਾਅੱਲਾ ਬੜਾ ਮਜ਼ਾ ਆਉਣਾ ਨੇ। ਅੱਜ ਥੰਬਨੇਲ ਮੈਂ ਵੀਡੀਓ 'ਤੇ ਕੋਈ ਨਹੀਂ ਲਾਉਣਾ ਵੀਵਰੋ, ਅਤੇ ਵੀਡੀਓ ਐਂਡ ਤੱਕ ਰੱਖਿਆ। ਹੁਣ ਇੰਨਾ ਟਰੈਕਟਰ ਕਰਨਾ ਸਟਾਰਟ ਟਰਾਲੀ ਦੇ ਪਿੱਛੋਂ ਬੰਨ ਕੇ, ਦੇਖਣੇ ਹੁੰਦਾ ਕਿ ਨਹੀਂ ਹੁੰਦਾ। ਔਰ ਇੱਕ ਉਹ ਟਰਾਲੀ ਤੋਂ ਨਜ਼ਰ ਆਉਂਦੀ ਪਈ, ਉਹ ਵੀ ਭਰੀ ਖਲੋਤੀ, ਉਹ ਵੀ ਅਸਾਂ ਟਰੈਕਟਰ ਦੇ ਪਿੱਛੋਂ ਦੂਏ ਦੇ ਪਿੱਛੋਂ ਦੇਵਣੀ। ਅੱਜ ਦੋ ਟਰੈਕਟਰ ਅਸਾਂ ਗਿਣਾ ਸੀ ਆਪਣੇ ਰਕਬੇ 'ਤੇ, ਚਣੇ ਲੱਦਣ ਆਇਆ ਸੀ। ਅਤੇ ਅੱਲਾ ਦੇ ਹੁਕਮ ਨਾਲ ਦੇਖਣ ਡੇ ਦਿਆਂ ਵੀ ਦੇਖਣ ਕੀ ਹੁੰਦਾ। ਹੁਣ ਉਹ ਟਰੈਕਟਰ ਬੈਕ ਕਰੇ ਸੀ, ਇਸ ਟਰੈਕਟਰ ਨੂੰ ਸਟਾਰਟ ਕਰਨਾ ਸੀ ਕਿਉਂਕਿ ਟਰੈਕਟਰ ਅੱਜ ਧੱਕੇ ਦਾ ਤਾਂ ਸੱਚਾ ਖੜਾਇਆ, ਚਾਹ ਰੇਡ ਦੇ ਉੱਤੇ ਕੋਨੇ 'ਚ ਖੜਾਇਆ ਬਈ ਨੇ, ਉਸਦੇ ਪਿੱਛੋਂ ਲੈ ਕੇ ਅਤੇ ਸਟਾਰਟ ਕਰ ਗਏ ਸਾਂ। ਹੁਣ ਇਸ ਨੂੰ ਸਟਾਰਟ ਕਰਨਾ ਹੈ। ਉਹ ਬੈਕ ਆਉਂਦੀ ਪਈ ਟਰਾਲੀ, ਠੀਕ ਹੈ ਠੀਕ ਆ ਮੜੇ। ਬੈਕ ਆਉਂਦੀ ਪਈ ਆਰਾਮ ਆਰਾਮ ਨਾਲ ਗਿਰੀ ਜਾਂਦਾ, ਇਤਨੀ ਅੱਗ ਖੇਨ ਆਈ ਮੈਣੀ। ਉਸ ਟਰਾਲੀ 'ਤੇ ਸਮਾਨ ਲਿਆਉਣਾ ਇਸ ਦੇ ਪਿੱਛੋਂ ਟਰੈਕਟਰ ਦੇ, ਇਹ ਟਰੈਕਟਰ ਨਾਲ ਲਿਖਣਾ ਇਸ ਨੂੰ ਸਟਾਰਟ ਕਰੀਏ, ਲਿਖਣ ਕੇ ਕਰੀਏ ਸਟਾਰਟ ਹੁੰਦਾ ਜਾਂ ਨਹੀਂ ਹੁੰਦਾ। ਛੋਟਾ ਬੱਚਾ ਰਸਾਂ ਦੇ ਬਸ ਕਰੋ, ਨਹੀਂ ਆਵਣੇ ਬਾਈ। ਬਸ ਘਰ ਓਏ ਇਹ ਚੈਨ ਖਤੀ ਨੇ ਭੈਣ ਟਰਾਲੀ ਦੇ ਪਿੱਛੋਂ, ਇੱਥਾਂ ਹੀ ਖਤੇ ਇਸ ਚੈਨ ਖਾਤ ਕੇ ਤੇ ਚੱਲ ਬਾਈ ਚੱਲ ਚੱਲਦਾ ਪਿਆ। ਹੁਣ ਇੱਕ ਵੀਰੋ ਦੁਆ ਕਰੋ ਕਿ ਅੱਲਾ ਕਰੇ ਸਟਾਰਟ ਹੋ ਵਾਂਜੇ ਟਰੈਕਟਰ। ਇਹ ਚੱਲ ਬਾਈ ਚੱਲ ਟਰਾਲੀ ਤੇਰੀ ਖੈਰ ਆਵੇ, ਟਰੈਕਟਰ ਹੀ ਚੰਗਾ ਲੱਗਾ। ਚੱਲ ਹੋ ਗਿਆ ਜੀ, ਹੋ ਗਿਆ ਜੀ, ਹੋ ਗਿਆ 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 ਸਟਾਰਟ ਹੋ ਗਿਆ ਟਰੈਕਟਰ। ਚੈਨ ਕੱਢੋ ਏ, ਥੋੜ੍ਹੇ ਅੱਗਾ ਕਰ, ਅੱਗਾ ਅੱਗਾ ਕਰਕੇ ਚੈਨ ਕੱਢ ਗਏ ਸੀ। ਉਸਦੇ ਪਿੱਛੋਂ ਫੱਟੀ ਕੱਢਦੇ ਪੈਣ, ਫੱਟੀ ਦੇ ਪਿੱਛੋਂ ਪਾਉਣੀ ਹੈ ਫੱਟੀ ਪਾ ਕੇ। ਅਤੇ ਇਸ ਟਰੈਕਟਰ ਨੂੰ ਸਕੀ ਦੀ ਬਹਿਣਾ ਵੀ ਵਾਰ ਟਰਾਲੀ ਦੇਰ ਮੈਂ ਆਪ ਦੇ ਦਵਾਂਦਾ ਪਿਆ। ਬੈਕ ਵੇ ਕੱਢਦਾ ਬੈਕ, ਘਿਨਾ 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 ਸਟਾਲਿਚ ਟਰਾਲੀ ਪੈ ਗਈ ਇਸ ਪਿੱਛੇ ਖੰਡੇ ਦਿਆਂ, ਚੰਗੀ ਲੋ ਟਰਾਲੀ ਦੇਖਣ ਛੁੱਟੀ ਦਾ ਜਾਂ ਨਹੀਂ ਛੁੱਟੀ ਦਾ ਪੈਣਾ ਸਕੂਲ ਕ੍ਰੀਏਟ ਨਹੀਂ। ਉਹ ਟਰੈਕਟਰ ਹੁਣ ਹੌਲੇ ਹੌਲੇ ਟੁੱਟਦਾ ਪਿਆ, ਇਸ ਨਹੀਂ ਹਾਂ ਦੇਣ ਕੇ ਬਸ ਆਈਆਂ। ਬਾਈ ਤਾਂ ਚੜ੍ਹਨਾ ਹੈ ਨਾ ਟਰੈਕਟਰ 'ਤੇ, ਹੁਣ ਵੀਡੀਓ ਹੀ ਤਾਂ ਬਣਾ ਜਾਂਦਾ ਰਹਾਂ, ਮੈਂ ਕਰਾ ਦੇਣਾ ਖਿਲਾਉਣਾ। ਚਲੋ ਮੈਂ ਇੱਥੇ ਦੋਸਤਾਂ ਨਾਲ ਸ਼ੇਅਰ ਕਰ ਦੇਣਾ ਆਇਆ ਜੀ ਦਾ ਦਿਹਾੜਾ ਹੈ, ਅਤੇ ਅਸਾਂ ਕੋਈ ਪਸੀਆਂ ਸਸੀਆਂ ਢੋਣ ਲੱਗ ਗਏ ਹਾਂ, ਕੋਈ ਚਲੋ ਕਣੇ ਕਣੇ ਆਪਣੀ ਫਸਲ ਹੀ ਪਹੁੰਚਾਉਣੀ ਇਨਸ਼ਾਅੱਲਾ। ਤੁਹਾਡੇ ਫੈਸ ਅਗਲੀ ਵੀਡੀਓ ਦੇ ਵਿੱਚ ਪ੍ਰੈਸ਼ਰ ਲੈਸੂ
ਬਸ ਮਨ ਚਲਾ ਲਿਓ ਹੁਣ ਮੈਂ ਬਹਿ ਗਿਆ ਲਾਲ ਬਹਿਣਾ ਸੀ ਬਿਲਕੁਲ ਖਾਲ ਦਾ ਇਲਾਕਾ ਹੈ ਅਤੇ ਜੰਗਲ ਹੈ ਨਾਲ ਹੋਰ ਚਣੇ ਛਣੇ ਕੱਟੇ ਹੋਈ ਪਈ ਚਣਿਆਂ ਦੀ